ਅਸਲਾਮ ਅਲੈਕਮ ਜੀ ਸਾਰੇ ਮੁਸਲਮਾਨ ਭਰਾਵੋ ਅਤੇ ਪੰਜਾਬੀਓ, ਅਸੀਂ ਅੱਜ ਮੌਜੂਦ ਹਾਂ ਜੀ ਜ਼ਿਲ੍ਹਾ ਵਿਹਾੜੀ ਦੇ ਵਿੱਚ ਕਪਾਹ ਦੇ ਇੱਕ ਪਲਾਟ ਦੇ ਵਿੱਚ ਜਿੱਥੇ ਬੰਦੇ ਜਿਹੜੇ ਮਸ਼ੀਨਾਂ ਨਾਲ ਸਪਰੇਅ ਕਰਦੇ ਆ ਉਹਦੇ ਰਾਹ ਬਣਾਏ ਜਾ ਰਹੇ ਆ। ਪਹਿਲੇ ਬੋਮਾਂ ਨਾਲ ਹੁੰਦਾ ਸੀ, ਬੋਮ ਦਾ ਰਾਹ ਨਹੀਂ ਅਤੇ ਹਰ ਛੇਵਾਂ ਲਾਈਨ ਛੱਡ ਕੇ ਇਹਦੇ ਰਾਹ ਬਣਾਏ ਜਾ ਰਹੇ ਆ। ਅਸੀਂ ਜਿੰਨੇ ਵੀ ਸਾਡੇ ਕਿਸਾਨ ਭਰਾ ਵਾ ਉਹਨਾਂ ਨੂੰ ਚਾਹਵਾਂਗੇ ਕਿ ਅਗਰ ਬੰਦਿਆਂ ਨਾਲ ਸਪਰੇਅ ਕਰਨੀ ਹੈ ਤਾਂ ਰਾਹ ਕਿਵੇਂ ਬਣਾਏ ਜਾਂਦੇ ਆ ਸਪਰੇਅ ਕਰਨ ਵਾਸਤੇ, ਤਾਂ ਕਿ ਉਹਨਾਂ ਨੂੰ ਆਸਾਨੀ ਨਾਲ ਲੰਘਿਆ ਜਾ ਸਕੇ। ਆਸਫ ਕਿੰਨੀਆਂ ਨਾਲੀਆਂ ਛੱਡ ਕੇ ਹਟਾ ਰਹੇ ਹੋ ਰਸਤਾ? ਅੱਛਾ, ਹਰ ਚੌਥੀ ਪੰਜ ਛੱਡ ਰਹੇ ਹੋ? ਹਰ ਪੰਜਵੀਂ ਦਾ ਰਾਹ ਬਣਾ ਰਹੇ ਆ ਸਪਰੇਅ ਵਾਸਤੇ, ਵੀ ਉਹ ਮਸ਼ੀਨ ਲੈ ਕੇ ਆਸਾਨੀ ਨਾਲ ਲੰਘ ਸਕਣ। BS 352 ਤੀਸਰੇ ਮਹੀਨੇ ਦੀ ਕਾਸ਼ਤ ਆ। ਇਹ 28 ਮਨ ਕਪਾਹ ਚੁਗੀ ਜਾ ਚੁੱਕੀ ਆ 2 ਵਾਰੀਆਂ, ਅਤੇ ਮਾਸ਼ਾਅੱਲਾ ਪੋਰਟ ਇਹਨੇ ਫਿਰ ਬੜੀ ਲਈ ਹੋਈ ਹੈ। ਇਹ ਜਿੰਨੇ ਵੀ ਸਾਡੇ ਕਿਸਾਨ ਭਰਾ ਵਾ ਅਗਰ ਕਪਾਹ ਦੇ ਕਿਸ ਮੁਤਲਕ ਕਿਸੇ ਬਿਮਾਰੀ ਦੇ ਖਾਦਾਂ ਦੇ ਮੁਤਲਕ ਕਿਸੇ ਵੀ ਕਿਸਮ ਦੀ ਮਾਲੂਮਾਤ ਉਹਨੇ ਲੈ ਲਈਆਂ ਤਾਂ ਉਹ ਕਮੈਂਟਸ ਵਿੱਚ ਸਾਡੇ ਨਾਲ ਰਾਬਤਾ ਕਰ ਸਕਦਾ। ਰਾਹ ਹਟਾਏ ਜਾ ਰਹੇ, ਰਾਹ ਬਣਦੇ ਪਏ ਜੀ ਸਪਰੇ ਵਾਸਤੇ।